तुस देख रहे हो विनिंग पंजाब टीवी दा स्पेशल प्रोग्राम सवेर सांझ ते तुहाड़े नाल आ गुरप्रीत सिंह चट्ठा। अज दे प्रोग्राम दे विच चर्चा करांगे पंजाब दीआं कुछ वड्डीआं ते अहम खबरां नूं लै के। सब तो पहला गल करांगे श्रोमणी अकाली दल दे विच एक बार फिर तो बगावती सुरां उठदीआं नजर आ रहीआं ने। आखिर की आ पूरा मामला, किस तरीके दे हालात रहण वाले ने अकाली दल दे अंदर, इस नूं लै के गलबात करांगे ते नाल ही चर्चा करांगे एक होर बेअदबी दी घटना जिहड़ी उह सामने आई है। श्री गुरु ग्रंथ साहिब दी बेअदबी करन दी कोशिश कीती गई है, की आ पूरा मामला, इस नूं लै के गलबात करांगे ते जिहड़ियां घटनावां ने क्यों लगातार सामने आ रही ने। नाल ही गल करांगे जलालपुर झूठे पुलिस मुकाबले दे विच जिहड़े दोषी पुलिस अधिकारी सी उहनां नूं सजावां होईआं ने ते किस तरीके दे नाल जिहड़ियां स्थितियां बणीआं, इस पूरे विषय नूं लै के वी गलबात करांगे ते प्रोग्राम च विचार चर्चा करन लई शामिल होए ने ਉਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ। ਖਾਨਪੁਰ ਸਾਹਿਬ, ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ, ਜੀ ਆਇਆਂ ਨੂੰ। ਗੁਰਪ੍ਰੀਤ ਜੀ, ਵਿਨਿੰਗ ਪੰਜਾਬ ਪ੍ਰੋਗਰਾਮ ਦੇਖ ਰਹੇ ਸਮੁੱਚੇ ਸਰੋਤਿਆਂ ਦਾ ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਤੇ ਸ੍ਰੀ ਮਾਨ ਸੰਤ ਬਾਬਾ ਗੁਰੂ ਰਾਮਦਾਸ ਜੀ ਦੇ ਜਨਮ ਉਤਸ਼ਾਹ ਦੀ ਵਧਾਈ ਦਿੰਦਾ ਤੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਜੀ। ਖਾਨਪੁਰ ਸਾਹਿਬ, ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਜੋ ਹਾਲਾਤ ਬਣੇ ਹੋਏ ਨੇ ਉਹ ਜਗ ਜ਼ਾਹਿਰ ਨੇ ਪਹਿਲਾਂ ਹੀ, ਪਰ ਇੱਕ ਵਾਰ ਫਿਰ ਤੋਂ ਬਗਾਵਤਾਂ ਉੱਠਦੀਆਂ ਨਜ਼ਰ ਆ ਰਹੀਆਂ ਨੇ। ਜਿਸ ਤਰੀਕੇ ਨਾਲ ਜਗਮੀਤ ਬਰਾੜ ਨੇ ਉਹਨਾਂ ਨੇ ਤਾਲਮੇਲ ਕਮੇਟੀ ਬਣਾ ਦਿੱਤੀ ਆਪਣੇ ਕੋਲੋਂ ਹੀ, ਉੱਧਰ ਅਕਾਲੀ ਦਲ ਦੇ ਸੀਨੀਅਰ ਆਗੂ ਕਹਿੰਦੇ ਸਾਨੂੰ ਇਹ ਪਰਿਵਾਰ ਨਹੀਂ, ਨਾ ਤਾਂ ਅਸੀਂ ਇਜਾਜ਼ਤ ਦਿੱਤੀ ਸੀ ਬਣਾਉਣ ਦੀ ਤੇ ਉਹਨਾਂ ਨੇ ਆਪੀ ਬਣਾ ਦਿੱਤੀ, ਤਾਂ ਕੀ ਕੁੱਝ ਹੋ ਰਿਹਾ ਅਕਾਲੀ ਦਲ 'ਚ, ਕਿਵੇਂ ਦੇਖਦੇ ਹੋ? ਗੁਰਪ੍ਰੀਤ ਜੀ, ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੇ ਸਮੇਂ ਵਿੱਚ ਉਹ ਹਾਲਾਤ ਹੈ ਜਿਵੇਂ 20 ਭਈਏ ਤੇ 25 ਚੁੱਲ੍ਹੇ। ਜਿੱਦਾਂ ਭਈਆ 20 ਹੁੰਦੇ ਨੇ ਚੁੱਲ੍ਹੇ, ਉਹ 25 ਬਣਾ ਲੈਂਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੀ ਅਲੱਗ ਅਲੱਗ ਜੋ ਧੜੇ ਨੇ, ਅਲੱਗ ਅਲੱਗ ਚੌਧਰ ਬਣਾਉਣ ਵਾਸਤੇ ਆਪਣੇ ਆਪਣੇ ਧੜੇ, ਆਪਣੇ ਆਪਣੇ ਅਕਾਲੀ ਦਲ। ਸਰਦਾਰ ਜਗਮੀਤ ਸਿੰਘ ਬਰਾੜ ਬਹੁਤ ਹੀ ਪੁਰਾਣੇ ਸੁਲਝੇ ਹੋਏ ਨੇਤਾ ਨੇ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜਗਮੀਤ ਗੁਰਮੀਤ ਸਿੰਘ ਜੀ ਬਰਾੜ ਲੌਂਗੋਵਾਲ ਟਾਈਮ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ ਤੇ ਇਹ ਵੀ ਅਕਾਲੀ ਦਲ ਵਿੱਚ ਰਹੇ ਪਹਿਲਾਂ, ਫਿਰ ਕਾਂਗਰਸ ਚਲੇ ਗਏ, ਮੁੜ ਕੇ ਫਿਰ ਅਕਾਲੀ ਦਲ ਵਿੱਚ ਆ ਗਏ ਅਤੇ ਬਾਦਲ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਦੇ ਕਾਫ਼ੀ ਨੇੜੇ ਸੀ ਜਦੋਂ ਇਹਨਾਂ ਨੇ ਪਾਰਟੀ ਲੈ, ਪਰ ਹੁਣ ਇਹਨਾਂ ਦੀਆਂ ਕੁਛ ਦੂਰੀਆਂ ਬੜੀਆਂ ਹੋ ਰਹੀਆਂ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਥੇਬੰਦਕ ਤੌਰ 'ਤੇ ਮਜ਼ਬੂਤ ਕਰਨ ਦੇ ਲਈ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਲਈ ਅਤੇ ਜੱਦੋ ਜਹਦ ਦੀ ਲੜਾਈ ਲੜਨ ਦੇ ਲਈ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ 21 ਮੈਂਬਰ ਜਿਹਦੇ ਵਿੱਚ ਉਹਨਾਂ ਨੇ ਐਸ ਜੀ ਪੀ ਦੇ ਪ੍ਰਧਾਨ ਧਾਮੀ ਜੀ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਢੀਂਡਸਾ ਸਾਹਿਬ ਨੂੰ, ਭੁੰਦੜ ਸਾਹਿਬ ਨੂੰ, ਪ੍ਰੇਮ ਸਿੰਘ ਚੰਦੂ ਮਾਜਰਾ ਨੂੰ, ਅਟਵਾਲ ਸਾਹਿਬ ਨੂੰ ਅਤੇ ਹੋਰ ਵੀ ਲੀਡਰਾਂ ਨੂੰ ਤਕਰੀਬਨ 21 ਬੰਦਿਆਂ ਨੂੰ, ਪਰ ਇਹਦਾ ਵਿਰੋਧ ਹੋਣਾ ਨਾਲ ਦੀ ਨਾਲ ਸ਼ੁਰੂ ਹੋ ਗਿਆ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਦਲਜੀਤ ਸਿੰਘ ਚੀਮਾ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਇੱਦਾਂ ਦੀ ਕਮੇਟੀ ਬਣਾਉਣ ਦਾ ਅਧਿਕਾਰ ਨਹੀਂ ਹੈਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਉਹ ਕਮੇਟੀ ਬਣਾਉਣ ਵਾਲੇ ਕੌਣ ਨੇ? ਦੂਜੀ ਗੱਲ, ਸੰਯੁਕਤ ਅਕਾਲੀ ਦਲ ਦੇ ਇੱਕ ਲੀਡਰ ਨੇ ਕਿਹਾ ਕਿ ਜਿਸ ਕਮੇਟੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇਗਾ, ਢੀਂਡਸਾ ਉਸ ਕਮੇਟੀ ਦੇ ਵਿੱਚ ਬਿਲਕੁਲ ਨਹੀਂ ਬਣੇਗਾ, ਸਾਨੂੰ ਕਮੇਟੀ ਬਿਲਕੁਲ ਮਨਜ਼ੂਰ ਨਹੀਂ ਹੋਵੇਗੀ। ਅਤੇ ਇਸ ਲਈ ਉਹ ਬਹਾਰ ਆਉਣੇ ਸੇ ਪਹਿਲੇ ਫਿਜਾ ਚਲੀ ਆਈ, ਅਜੇ ਕਮੇਟੀ ਬਣੀ ਨਹੀਂ ਹੈਗੀ ਜਾਂ ਅਜੇ ਉਹ ਨਹੀਂ ਹੋਈ ਅਤੇ ਉਹਦੇ ਵਿੱਚ ਦਰਾੜਾਂ ਪੈੜੀਆਂ, ਵਿਰੋਧ ਹੋਣਾ ਪਹਿਲਾਂ ਸ਼ੁਰੂ ਹੋ ਗਿਆ। ਪਰ ਇੱਕ ਗੱਲ ਮੈਂ ਸ਼ੁਭ ਚੰਗੀ ਸਮਝਦਾ ਬਰਾੜ ਦੀ ਕਿ ਅਨੰਦਪੁਰ ਦਾ ਮਤਾ ਅੱਜ ਤੋਂ 50 ਸਾਲ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਪਾਸ ਹੋਇਆ ਸੀ। ਉਹ ਮਤਾ ਕੀ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਸੀ ਕਿ ਹਰ ਸੂਬੇ ਕੋਲ ਵੱਧ ਅਧਿਕਾਰ ਹੋਣ, ਸੂਬਾ ਆਪਣੇ ਸੂਬੇ ਦੇ ਹਿੱਤਾਂ ਲਈ ਆਪ ਫੈਸਲਾ ਕਰ ਸਕੇ। ਉਹਦੇ ਵਿੱਚ ਪਾਣੀ ਦੇ ਮਸਲੇ ਵੀ ਸੀ, ਇਲਾਕਾ ਪੰਜਾਬੀ ਬੋਲਦੇ ਇਲਾਕੇ ਜੋ ਹਰਿਆਣੇ ਚਲੇ ਗਏ ਉਹ ਵੀ ਸੀਗਾ ਅਤੇ ਜੋ ਸਾਡੇ ਪਾਣੀ ਦੇ ਮਸਲੇ ਨੇ ਉਹ ਵੀ ਇਹਦੇ ਵਿੱਚ ਸੀਗੇ। ਬਹੁਤ ਸਾਰੇ ਪੰਜਾਬ ਦੇ ਹਿੱਤਾਂ ਦੇ ਮਸਲੇ ਸੀਗੇ। ਉਹ ਥੋੜ੍ਹੀ ਦੇਰ ਮਤਾ ਉਹਦਾ ਰੌਲਾ ਪਾਉਂਦੇ ਰਹੇ, ਬਸੀ ਮਤਾ ਲੈਣਾ, ਪਰ ਉਸ ਮਤੇ ਨੂੰ ਸੈਂਟਰ ਸਰਕਾਰ ਇੰਦਰਾ ਗਾਂਧੀ ਨੇ ਉਸ ਟਾਈਮ ਉਹਨੂੰ ਹੋਮਲੈਂਡ ਜਾਂ ਇਹ ਜਿਹੜਾ ਅਨੰਦਪੁਰ ਦਾ ਮਤਾ ਕਹਿੰਦੇ ਜੀ ਇਹ ਪੰਜਾਬ ਨੂੰ ਹਿੰਦੁਸਤਾਨ ਨਾਲੋਂ ਤੋੜਨ ਦਾ ਮਤਾ ਹੈ, ਬਹੁਤ ਪ੍ਰਚਾਰ ਕੀਤਾ।
इस करके इन्हों उस मते तो श्रोमणी अकाली दल पिछे हटना पड़ा। पिछे हटने करके जो मता से वह बट्टे खाते पै गया, पर उस मते दे भी जान से वह मता सारिया स्टेटा जिन्या हिंदुस्तान दिया ने वध अधिकार के हकों के विच ने हक मंगे ने, पर उन्हों हुणे मुड़ सुरजीत करन की गल कर रहे जी। पर गल तो यह है कि वह श्रोमणी अकाली दल प्रकाश सिंह बादल या सुखबीर सिंह बादल ये समझते हैं भी जो मता असी लैके आईए जो कम असी श्रोमणी अकाली दल का हो, जो कोई होर बंदा इदा की पैरवाई करे उन्हों कोई अधिकार नहीं, क्योंकि श्रोमणी अकाली दल साडा है, साडी अपनी मनोपली है, साडे अपना है। इसलिए जे कोई चंगा काम करता है कोई पंजाबियों के हित लई या श्रोमणी अकाली दल के हित लई या पंजाबियों के भले लई करता है, चंगी गल है। कट्ठे जो काज सब का एक है, वह जथेबंधक करना ही चाहते ने, चाहे जथेबंधक सरदार सुखबीर सिंह बादल करे, चाहे जथेबंधक सिवरजीत सिंह मान करे, चाहे जथेबंधक सरदार ढींडसा साहब कर, जो गल तो जथेबंधक की है, कोई धड़ा बनाने की नहीं। तो वो जे इन्होंने 21 मैंबर ले ने वह सारे ही दलों के इकट्ठे करके ले रहे, पर जिन्हों का आपस के तालमेल नहीं बन रहा। इसलिए जिमें पहला कह बहार आ रहे से पहले फिजा चली आई, अजे बहार आनी नहीं सी, पहले ही त्रेड़ा पै गई फिजा आ गई है। इसलिए ये मैं समझा पंथ की एक बदकिस्मती है, असी कट्ठे नहीं होके चलते, असी अपनी अपनी चौधर जमाउण लई सानू पंथ तो कुछ नहीं लैना, सानू तो अपनी चौधर तो लैना कि मेरी चौधर सरदारी कायम रहे, पंथ चाहे ढट्ठे खूज हो। पहला कहते मैं उजड़ा पंथ जीवे, पहला नारा होंदा सी मैं उजड़ा पंथ जीवे, अज की है मैं पंथ उजड़े ते मैं जीवा, कुर्सी मेरी कायम रहे। इसलिए श्रोमणी अकाली दल का जो नगार इन्हां दे आपस की लड़ाई कारण, आपस की ईगो कारण, आपस कुर्सियां लैण कारण होया अज श्रोमणी अकाली दल टोटे टोटे होया पिया है। जिहड़े 83 बंदे जिहड़े जिद्दे हुंदे सी श्रोमणी अकाली सरकारां बणांदे सी, उह 83 तों 8 उड़ गए, सिर्फ 3 रह गए। 83 की गिणती में 8-3-83 होंगे ने, 8-3-3 की संख्या 83 बनते हैं, लेकिन 8 उड़ गया, 3 रह गए। जे ये इस तरह लड़ाई लड़ते रहेंगे ये 3 भी नहीं लैने, इसलिए इन्हों एकता करनी चाहिए है, चौधरों को छड़ना चाहिए। जे कोई अच्छे काज लई अच्छे काम लई पंजाब के भले लई पंजाबियों के हित लई उन्हां कोई गल करता वो पिछे लग के या वो मोढ़े नाल मोढ़ा ला के वो बैठ के सलाह करके ये जरूर संघर्ष बैठना चाहिए ता कि आपां अपने हक मिल सकन। अज पंजाब के हक सारे खोहे जा रहे हैं, पंजाब सिर्फ पंजाब ना दे ही पंजाब रह गया, लेकिन हक ये दिल्ली रखी बैठी है। दिल्ली चाहे कांग्रेस की होवे चाहे वह बीजेपी की होवे, वह पंजाब नूं कुछ देण नूं तैयार नहीं। देखो प्राइम मिनिस्टर जे बाहर दी स्टेट उत्थे हजारे करोड़ों रुपये का फंड दे के जाते हैं, उन्हें जो हुण पिछे पंजाब च दो बार आए ने कख नहीं दे के गए, बहनों और भाइयों पंजाब बहुत अच्छा है, बार्डर इलाका है, इन्नी गल खुश करके चले जाने। वो खाण पीण नूं बांदरी ते डंडे खाण नूं रिच, असीं डंडे खाण वास्ते लड़न वास्ते अपने नौजवान शहीद कराउण वास्ते कुरबानियां दा एक बड़ा सारा इतिहास लई फिरदे आ, लेकिन सानूं मिलदा मिलाउंदा कुछ नहीं। जब तक असीं अपने पैरां ते आप खड़े होके अपने हकी मंगां दी या वध अधिकारां दी गल कर नहीं करदे, जब सानूं कुछ नहीं मिलना चाहीदा, सानूं एक प्लेटफार्म ते इकट्ठा होना चाहीदा। बिल्कुल, तो कितना कितने ये त्रुटियां ने अकाली दल के अंदर जरूर नज़र आ रही ने फिलहाल की घड़ी, जिसका अकाली दल को फिलहाल की घड़ी नुकसान है जिहड़ा वो झलना पै रहा है। नाल ही खानपुर साहब गल करांगे बेअदबी की, तो लगातार जिहड़ियां घटनावां ने वो सामने आ रही ने। कथू नंगल के विच एक फिर घटना सामने आई है श्री गुरु ग्रंथ साहब की बेअदबी की, तो किस तरीके दे नाल देखदे हो जिस तरीके नाल ਜਿਹੜੀਆਂ ਘਟਨਾਵਾਂ ਨੇ ਸਾਹਮਣੇ ਆ ਰਹੀਆਂ ਨੇ, ਭਾਵੇਂ ਚੋਣਾਂ ਦੀ ਗੱਲ ਕੀਤੀ ਜਾਵੇ, ਚੋਣਾਂ ਕੋਲ ਵੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਾ ਕੇ, ਤੇ ਇਹ ਲਗਾਤਾਰ ਕੀ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਨਹੀਂ ਹੈਗੀਆਂ ਜਾਂ ਫਿਰ ਇਹਦੇ ਵਿੱਚ ਕੁਝ ਸਿਆਸਤ ਨਜ਼ਰ ਆਉਂਦੀ ਹੈ, ਕਾਰਨ ਕੀ ਸਮਝਦੇ ਹੋ ਜਿਹੜੀਆਂ ਘਟਨਾਵਾਂ ਸਾਹਮਣੇ ਕਿਉਂ ਆ ਰਹੀਆਂ ਨੇ ਲਗਾਤਾਰ? ਚੱਠਾ ਸਾਹਿਬ, ਲੋਕਾਂ ਨੇ ਧਰਮ ਨੂੰ ਇੱਕ ਮਜ਼ਾਕ ਬਣਾ ਦਿੱਤਾ, ਕਿਉਂਕਿ ਕਿਸੇ ਵੀ ਧਰਮ ਦੀ ग्रंथ की बेअदबी करनी वो प्रति माड़ा बोलना बहुत माड़ी गल है, क्यों हर धर्म हर बंदे वास्ते एक अपना माहौल मॉडल। इसलिए सिख धर्म का एक धर्म है जिहड़ा समुची मानवता हिंदू सिख मुस्लिम ईसाई सब का माण सत्कार करता, सब नूं बराबरता नाल। कथू नंगल दे विच बाबा बुढ़ा जी का जन्म स्थान, उस स्थान गुरद्वारा साहब के
कल एक औरत आई थी 30-35 साल, उन्हें आके गुरु ग्रंथ साहब जी के रमाला साहब ने चुकया, चुक के वह अंग की बेअदबी करने की कोशिश कर रही। उत्थे जो सेवादार सी उन्होंने उन्होंने फड़िया, फड़न तो बाद जो मोटरसाइकिल के उत्ते बंदा लैके आया थी उन्हें उन्होंने छड़ाया। वह कहन लगे नहीं, ये मद भुगी है, पागल है, इन्हू पता नहीं, उन्होंने छड़ा के लै। जो कोई यही जी वारदात हो जाती है उन्होंने पागल कहा जाता है, उन्होंने नसई कहा जाता है, यू पता कोई नहीं। पर हुंदियां ये सारिया सियासी चाल ने, लोगों का ध्यान धर्म वाले पासे, लड़ाई वाले पासे वंड के ये सरकार, ये एजेंसियां, ये जोड़े लोग ने शरारती वो करना चाहते हैं, जोड़ा बहुत ही निंदन योग है कि जब तक यह जिहियां घटनावां दे दोषियों सख्त तो सख्त सज़ा नहीं दी जाती। पिछली बार तो यह गल भी चली सी कि जो गुरु ग्रंथ साहब की बेअदबी दे विच जो दोषी ने उन्होंने फांसी की सज़ा दी जाती। जो इस तरह दी सज़ावां साढ़े कानून के साढ़े वो आ जाएगी, एक अद्धा केस भी इदा का हो गया तो किसी जरूरत नहीं पवेगी। कोई किसी भी धर्म के, चाहे वह इस्लाम की कुरान हो, चाहे बाइबल हो, चाहे गुरु ग्रंथ साहब हो, चाहे रामायण हो, कोई भी होवे सत्कार करना साडा फर्ज है। कि धर्म नहीं सिखाता आपस में बैर रखना, कोई धर्म बैर करना नहीं सिखाता, सिर्फ बैर असी इंसान लोग हाँ जिहड़े एक दूजे के धर्मां के खिलाफ बोल के, एक दूजे के धर्मां की नाराजगी करके अपने धर्म को बड़ा कह के दूजे नीवा करते हो। कोई धर्म नीवा नहीं, जिहड़ा किसी बंदा किसी भी धर्म को मानता है वो वास्ते वो एक चानण मना रहा है। इसलिए अपन हर धर्म का सत्कार करना चाहिए। इन्हां दोषियों सख्त तो सख्त सजावं दित्तियां जांदियां ने, क्योंकि हुण लोगों हो गया पिछे गुरु ग्रंथ साहब जी बहबल कन्ना दे विच जो गुरु ग्रंथ साहब की बेअदबी हुई, किन्ने साल हो गए उहदा हुण तक नहीं इंसाफ मिलिया, इन्ना कुछ होया, मोर्चे हुण तक चल रहे ने, लोग कहते की हुंदा, कुछ नहीं हुंदा, जो मर्जी करो। इसलिए इन्हां दा जल्दी वो जिहड़ी पहला वे गुरु ग्रंथ साहब की बेअदबी हुई है उन्हों का जब तक इंसाफ नहीं आता, लोगों के सामने गल नहीं आती, ये नहीं जब तक घटनावान घटनियाँ, इसलिए सख्त तो सख्त कानून बना के सख्त सजाव देनी। बिल्कुल बिल्कुल, तो कितने कितने इस मामले के जेकर सख्त सजाव का प्रावधान रखा जाए सरकार के वलों या कानून के, उस तो बाद कितना कितने इन घटनावान ठल पैन की संभावना नज़र जरूर आएगी। तो नाल ही खानपुर साहब गल करांगे जिहड़ी एक झूठा पुलिस मुकाबला होया सीगा जलालपुर दे विच, उस पूरे मामले नूं लैके जिहड़ा हुण पुलिस अधिकारियों दोषी पुलिस अधिकारियों सजावां सुनाईआं गईआं ने, विच अकाली आगू भी सीगा उहदे शामिल, तां किवें देखदे हो हुण की लगदा कि भावें देर लगी आ पर पीड़ित परिवार नूं इंसाफ तां मिलिआ? चट्ठा साहब, इस 27 सितंबर 2014 का मामला, दो भरा जतिंदर सिंह ते हरिंदर सिंह जिहड़े इलाके दे विच चंगे इंसान सन, अच्छी उन्हां दी सी, उन्हां नूं उस टाइम दे जो हाकम सी उन्होंने उन्हां उत्ते झूठे मुकाबला हो गया, पुलिस मुकाबले विच उन्हां दी दोहां दी मौत हो गई। वह केस चलता रहा, उस केस का हुण फैसला आया 8 साल बाद। एक अकाली लीडर हैगा उस इलाके का, तो एक होमगार्ड है, तो एक पुलिस वाला है, तिन्हां नूं बहुत सख्त सजावं मिलिया ने। यह सजावं मिलने के नाल उन्होंने मापियां नूं थोड़ा जिहा धार जाए। दूजी गल यह है उहदे उस जिसके बेटे मरे ने, उहदे दो बेटे ते एक बेटी सी, उह दोन्ने मर गए, सारे दो ये मारे गए, लड़की बाद च मर गई, वह दो हुण मियाँ बीबी ने, वह इन्ने दुखी ने कहिंदे साडा सहारा कोई नहीं। उस टाइम सानू सारे सियासी लीडर आ के कहिंदे सी असीं थोड़ी मदद करांगे, थोड़ी आर्थिक मदद करांगे, तुहानूं इह करांगे, मान साहब इह कहिंदे, उस तों बाद सानू किसी ने नहीं पुछिया, कोई भी साडे तक नहीं आया, कृपा करके साडा जिहड़ा मानसिक तौर ते साडा संतुलन बिगड़िया, साडा कोई रहण दा प्रबंध, साडा कोई उस तरह दिता जाए ता कि असीं जिहड़ा साडे सहारे सीगे जिंदगी दे, साडे बच्चिआं नूं देखभाल करदे उह सातों चले गए ने, साडा हुण कोई सहारा नहीं, सानू आर्थिक मदद दित्ती जाए ता कि असीं जिहड़ी बाकी रहिंदी जिंदगी उहनूं बतीत कर सकीए। ਤੇ ਖਾਨਪੁਰ ਸਾਹਿਬ, ਇਹ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਪੁਲਿਸ ਮੁਕਾਬਲਾ ਜਿਹਨੂੰ ਕਿਹਾ ਜਾਂਦਾ ਪੁਲਿਸ ਦੇ ਵੱਲੋਂ, ਭਾਵੇਂ ਗੈਂਗਸਟਰਾਂ ਦੀ ਗੱਲ ਹੋਵੇ, ਭਾਵੇਂ ਹੋਰ ਲੋਕਾਂ ਦੀ ਗੱਲ ਹੋਵੇ, ਕਈ ਵਾਰ ਇਹ ਹੁੰਦਾ ਕਿ ਕਈ ਵਾਰ ਕੋਈ ਮੁਜਰਮ ਹੈ ਜਿਹੜਾ ਉਹ ਭੱਜ ਜਾਂਦਾ, ਜਿਸ ਤਰੀਕੇ ਨਾਲ ਕੋਈ ਗੈਂਗਸਟਰ ਹੈ ਜਿਹੜਾ ਉਸਨੂੰ ਲੱਭਣ ਦੇ ਲਈ ਭਾਲ ਜਾਰੀ ਰਹਿੰਦੀ ਹੈ ਪੁਲਿਸ ਦੀ, ਤਾਂ ਉਸਨੂੰ ਇੱਕ ਮੁਕਾਬਲੇ ਦਾ ਰੂਪ ਬਣਾ ਲਿਆ ਜਾਂਦਾ ਹੈ। ਤਾਂ ਇਹ ਘਟਨਾਵਾਂ ਨੇ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ, ਤਾਂ
ਕੀ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਕਈ ਵਾਰ ਕੋਈ ਨਿਰਦੋਸ਼ ਵਿਅਕਤੀ ਵੀ ਜਿਹੜੇ ਕਸੂਤੇ ਫਸ ਜਾਂਦੇ ਨੇ ਤਾਂ ਇਹਨਾਂ ਮਾਮਲਿਆਂ ਦੀ ਪੂਰੇ ਤਰੀਕੇ ਦੇ ਨਾਲ ਪੈਰਵੀ ਹੋਣੀ ਚਾਹੀਦੀ ਹੈ। ਜੇਕਰ ਕੋਈ ਪੁਲਿਸ ਅਧਿਕਾਰੀ ਨਜਾਇਜ਼ ਤੌਰ ਤੇ ਧੱਕਾ ਕਰਦਾ ਕਿਸੇ ਦੇ ਨਾਲ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਦੇਖੋ ਚੱਟਾ ਸਾਹਿਬ, ਤੁਹਾਡੀ ਗੱਲ ਬਿਲਕੁਲ ਬਹੁਤ ਦਰੁਸਤ ਹੈਗੀ ਹੈ। ਜਦੋਂ ਪੁਲਿਸ ਕਿਸੇ ਬੰਦੇ ਨੂੰ ਫੜਦੀ ਹੈ, ਕਿਸੇ ਦੋਸ਼ੀ ਨੂੰ ਫੜਦੀ ਹੈ ਜਾਂ ਕਿਸੇ ਸ਼ੱਕੀ ਨੂੰ ਫੜਦੀ ਹੈ, ਉਹਦੀ ਜਦੋਂ ਇੰਟੈਰੋਗੇਟਿਵ ਪੁੱਛ ਕਰਦੀ, ਕਈ ਵਾਰ ਉਹਦੇ ਉੱਤੇ ਸੱਟਾਂ ਜਾਂ ਉਹ ਟੌਰਚਰ ਇੰਨਾ ਹੋ ਜਾਂਦਾ ਕਿ ਉਹਦੀ ਮੌਤ ਹੋ ਜਾਂਦੀ ਹੈ। ਉਹਦੇ ਵਿੱਚ ਪੁਲਿਸ ਫਿਰ ਵਰਦੀ ਹੈ, ਫਿਰ ਉਹਨੂੰ ਕੋਈ ਨਾ ਕੋਈ ਇੱਦਾਂ ਦੀ ਕਹਾਣੀ ਬਣਾ ਕੇ ਕਿ ਫਲਾਣੀ ਥਾਂ ਲਿਜਾ ਰਹੇ ਸੀ, ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ, ਉਹਨੇ ਸਾਡੇ 'ਤੇ ਫਾਇਰ ਕੀਤਾ ਗੋਲੀ। ਇਹ ਝੂਠੇ ਮੁਕਾਬਲੇ ਬਣਾਉਂਦੇ ਨੇ, ਇਹ ਛੁਪਦੇ ਨਹੀਂ ਹੈਗੇ। ਸੱਚਾਈ ਹੈ ਜਿਹੜੀ ਉਹ ਛੁਪਦੀ ਨਹੀਂ, ਇੱਕ ਦਿਨ ਸਾਹਮਣੇ ਆ ਹੀ ਜਾਂਦੀ ਹੈ, ਕਿਉਂਕਿ ਸੱਚ ਹਮੇਸ਼ਾ ਚਾਹੇ ਸਮੇਂ ਬਾਅਦ ਬਾਹਰ ਆਵੇ ਆ ਜਾਂਦਾ। ਇਹ ਆਮ ਹੁੰਦਾ ਹੀ ਹੋ, ਜਿਵੇਂ ਗੈਂਗਸਟਾਰ ਹੁਣ ਟੀਨੋ, ਦੀਪਕ ਟੀਨੋ, ਇਹਨਾਂ ਦੇ ਪੁਲਿਸ ਤੋਂ ਭੱਜ ਕੇ ਗਏ ਹੈ। ਪਹਿਲਾਂ ਇਹ ਗੱਲ ਚੱਲਦੀ ਸੀ ਕਿ ਵੀ ਉਹ ਭੱਜਿਆ ਨਹੀਂ ਹੈਗਾ, ਉਹ ਪੁਲਿਸ ਛੱਡੀ 'ਚ ਮਾਰਦਾ ਹੋਣਾ, ਦੋ ਦਿਨਾਂ ਬਾਅਦ ਦੇਖਿਓ ਕਿ ਉਹਦਾ ਮੁਕਾਬਲਾ ਦਿਖਾ ਦਾਂਗੇ। ਪਰ ਕਈ ਗੱਲਾਂ ਨਹੀਂ ਹੁੰਦੀਆਂ ਹੈਗੀਆਂ, ਪੁਲਿਸ ਆਪਣੇ ਆਪ ਦਾ ਬਹੁਤ ਬਚਾਅ ਰੱਖਦੀ ਹੈ, ਇਸ ਤਰ੍ਹਾਂ ਇੰਟੈਰੋਗੇਟ ਕਰਦੀ ਕਿ ਨੁਕਸਾਨ ਨਾ ਹੋਵੇ। ਕਈ ਵਾਰ ਬੰਦੇ ਦੀ ਜਿੰਨੀ, ਮੈਂ ਸਮਝਦਾ ਉਹ ਟੌਰਚਰ ਦੇ ਵਿੱਚ ਜਾਂ ਪੁੱਛਗਿੱਛ ਦੇ ਵਿੱਚ ਜਾਂ ਉਹਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ, ਫਿਰ ਪੁਲਿਸ ਨੂੰ ਆਪਣੀ ਜਾਨ ਬਚਾਉਣ ਵਾਸਤੇ ਕੋਈ ਨਾ ਕੋਈ ਕਹਾਣੀ ਬਣਾਉਣੀ ਪੈਂਦੀ ਹੈ, ਜਿਹਦਾ ਫਿਰ ਬਾਅਦ ਦੇ ਵਿੱਚ ਪੁਲਿਸ ਮੁਕਾਬਲਾ ਵੀ ਆਪਾਂ ਕਹਿ ਦਿੰਦੇ ਹਾਂ ਜਾਂ ਆਪਾਂ ਹੋਰ ਵੀ ਬਹੁਤ ਕੁਛ ਕਹਿ ਦਿੰਦੇ ਹਾਂ। ਇਸ ਲਈ ਹੈ ਸਾਹਿਬ, ਮੈਂ ਪ੍ਰੋਗਰਾਮ ਬਾਹਰ ਕਰ ਰਿਹਾ ਸੀ, ਮੀਂਹ ਆਉਣਾ ਸ਼ੁਰੂ ਹੋ ਗਿਆ, ਮੈਂ ਕਹਾਂ ਪ੍ਰੋਗਰਾਮ ਨੂੰ ਨੇੜੇ ਲਾਈਏ। ਮੈਂ ਆਪ ਜੀ ਨੂੰ ਅਤੇ ਸਮੁੱਚੀ ਸੰਗਤ ਨੂੰ ਇਸ ਪ੍ਰੋਗਰਾਮ ਨੂੰ ਵਿੱਚੇ ਛੱਡਣ ਦੇ ਖਿਮਾ ਚਾਹੁੰਦਾ। ਤਾਂ ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਖਾਨਪੁਰ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦੇ ਲਈ। ਜੱਟ ਸਾਹਿਬ, ਤੁਹਾਡਾ ਵੀ ਬਹੁਤ ਧੰਨਵਾਦ ਤੇ ਸਰੋਤਿਆਂ ਦਾ ਬਹੁਤ ਧੰਨਵਾਦ, ਜਿਹੜੇ ਤੁਹਾਡੇ ਪ੍ਰੋਗਰਾਮ ਨੂੰ ਬੜੀ ਰੀਝ ਤੇ ਪਿਆਰ ਨਾਲ ਦੇ ਕੇ ਬਹੁਤ ਵਧੀਆ ਕਮੈਂਟ ਕਰਦੇ ਨੇ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਤਾਂ ਇਹ ਸਨ ਸਾਡੇ ਨਾਲ ਉੱਘੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਸਾਹਿਬ, ਜੋ ਕਿ ਇੱਕ ਸਮਾਜ ਸੁਧਾਰਕ ਦੇ ਤੌਰ ਤੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਬੜੇ ਹੀ ਵਧੀਆ ਢੰਗ ਨਾਲ ਇਹਨਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੇ। ਉਮੀਦ ਕਰਦੇ ਹਾਂ ਪ੍ਰੋਗਰਾਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਪ੍ਰੋਗਰਾਮ ਦੇ ਮੁਤਲਕ ਤੁਹਾਡੀ ਕੋਈ ਵੀ ਰਾਏ ਹੋਵੇ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ, ਜੁੜੇ ਰਹੋ ਵਿਨਿੰਗ ਪੰਜਾਬ ਟੀਵੀ ਨਾਲ। ਦਿਓ ਜਾਜ, ਧੰਨਵਾਦ।